ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਜਾ ਰਹੇ ਹਾਂ ਨਗਰ ਕੀਰਤਨ ਦੇ ਲਈ ਲੰਡਨ ਓਨਟੈਰੀਓ ਦੇ ਵਿੱਚ। ਲੰਡਨ ਓਨਟੈਰੀਓ ਕਿਚਨਰ ਤੋਂ 1 ਆਵਰ ਡਰਾਈਵ ਹੈ। ਸੋ ਲੰਡਨ ਦੇ ਵਿੱਚੋਂ ਫਸਟ ਟਾਈਮ ਨਗਰ ਕੀਰਤਨ ਕਰਨ ਜਾ ਰਹੇ ਨੇ। ਸਾਡਾ ਬਰੈਂਪਟਨ ਅਤੇ ਟੋਰੋਂਟੋ ਨਗਰ ਕੀਰਤਨ ਮਿਸ ਹੋ ਗਿਆ ਸੀ, ਬਿਕੋਜ਼ ਉਸ ਦਿਨ ਬਾਰਿਸ਼ ਵੀ ਬਹੁਤ ਜ਼ਿਆਦਾ ਸੀ। ਅਸੀਂ ਬਹੁਤ ਟਰਾਈ ਕੀਤਾ ਬਟ ਅਸੀਂ ਨਹੀਂ ਜਾ ਪਾਏ। ਸੋ ਅਸੀਂ ਕਿਹਾ ਕਿ ਇਸ ਵਾਰ ਲੰਡਨ ਹੀ ਸਹੀ। ਸੋ ਲੰਡਨ ਜਸਟ 1 ਆਵਰ ਡਰਾਈਵ, ਅਤੇ ਚੱਲਦੇ ਹਾਂ ਨਗਰ ਕੀਰਤਨ ਲੰਡਨ ਦੇਖਣ। ਸੋ ਸਟੇ ਟਿਊਨਡ ਵਿਦ ਮਾਈ ਵੀਡੀਓ। ਮੇਨ ਜਗ੍ਹਾ 'ਤੇ ਅੰਦਰ ਚੱਲਦੇ ਹਾਂ ਜਿੱਥੇ ਇਹਨਾਂ ਦਾ ਸਾਰਾ ਪ੍ਰੋਗਰਾਮ ਇਹਨਾਂ ਨੇ ਸੈਟਅਪ ਕੀਤਾ ਹੈ ਵਿਕਟੋਰੀਆ ਪਾਰਕ ਦੇ ਵਿੱਚ ਲੰਡਨ 'ਚ। ਜੋ ਅੰਦਰ ਚੱਲਦਾ ਮੈਂ ਦਿਖਾਉਂਦਾ ਤੁਹਾਨੂੰ। ਸ਼ਗਨ ਵਾਸਤੇ ਜੋ ਸ਼ਗਨ ਵਾਸਤੇ ਹੋਰ
तरह तरह के भोजन तैयार करके संतों ने थां थां से संतों वास्ते प्रबंध किया ने सारे सत्ता बहुत प्यार शुरू हो रही है सत्ता ने अपना जिथे तक मन कीड़ा ने कलंका होया अपना प्रेरिया है कि अपने समय तक नगर के लिए श्री गुरु का सत्ता मैनू इन्हां दी एक चीज़ बहुत ज़्यादा वधिया लगी कि क्लीनिंग नाल दी नाल कर रहे ने कि कोई भी चीज़ गारबेज रोड ते ना रह जावे ते हर जगह इन्होंने बोर्ड लगाए ने प्लीज़ कवर योर हैड प्रोहिबिट द यूज़ ऑफ टबैको एंड अदर इंटॉक्सिकेंट्स बिकॉज होर रिलीजन के लोग कैनेडियंस भी आते तो उन्होंने नहीं पता इस करके उन्होंने हर जगह लिख के लगाया
बॉर्डरलाइन है। देखो पूरी लगन नाल सेवादार लगे हुए ने सेवा करन। मौसम ठीक है बट गर्मी वधदी जा रही है टाइम दे नाल नाल, बट सेवादार पूरी तरीके नाल वधिया तरह सेवा कर रहे ने पूरी लगन अते मेहनत नाल। इत्थे सेवादारां वल्लों पग बन्नन दी सेवा भी कीती जा रही है जो चीज़ बहुत वधिया है तुसी देख पा रहे हो।
ਸੋ ਇਹ ਸੀ ਆਪਣਾ ਅੱਜ ਦਾ ਵਲੌਗ ਲੰਡਨ ਦੇ ਵਿੱਚ ਨਗਰ ਕੀਰਤਨ ਦਾ ਮੇਰਾ ਫਸਟ ਐਕਸਪੀਰੀਅੰਸ ਸੀ ਨਗਰ ਕੀਰਤਨ ਕੈਨੇਡਾ 'ਚ ਦੇਖਣ ਦਾ ਬਟ ਇਟ ਇਜ਼ ਅ ਗੁੱਡ ਐਕਸਪੀਰੀਅੰਸ ਮੈਂ ਇੱਕ ਚੀਜ਼ ਫੀਲ ਕੀਤੀ ਜੋ ਮੈਨੂੰ ਬਹੁਤ ਵਧੀਆ ਲੱਗੀ ਕਿ ਲੋਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹੋ ਜਿਹੀ ਕੰਟਰੀਜ਼ 'ਚ ਪਹੁੰਚ ਗਏ ਨੇ ਬਟ ਸਟਿਲ ਉਹ ਆਪਣੇ ਕਲਚਰ ਨੂੰ ਨਹੀਂ ਭੁੱਲੇ ਹੈਲਪ ਕਰਨ ਨੂੰ ਜਿਹਨੂੰ ਰਿਕੁਆਇਰਮੈਂਟ ਹੈ ਸੋ ਆਈ ਰੀਅਲੀ ਲਾਈਕ ਇਟ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਅਤੇ ਡੋਂਟ ਫੋਰਗੈਟ ਟੂ ਸਬਸਕ੍ਰਾਈਬ ਮਾਈ ਚੈਨਲ ਐਂਡ ਥੈਂਕ ਯੂ ਇੰਨਾ ਸਾਰਾ ਪਿਆਰ ਦੇਣ ਲਈ ਅਗਰ ਤੁਸੀਂ ਨੋਟ ਕੀਤਾ ਹੋਵੇ ਆਪਣਾ 1K ਕ੍ਰੋਸ ਕਰ ਚੁੱਕਿਆ ਯੂਟਿਊਬ 'ਤੇ ਜਦੋਂ ਮੈਂ ਚੈਨਲ ਸਟਾਰਟ ਕੀਤਾ ਸੀ ਆਈ ਜਸਟ ਸਟਾਰਟਿਡ ਕਿ ਮੈਂ ਆਪਦੀ ਇਨਫੋਰਮੇਸ਼ਨ ਸ਼ੇਅਰ ਕਰਾਂ ਬਟ ਸਟਿਲ ਮੈਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਕਿ ਮੈਂ ਉਹ ਚੀਜ਼ ਨੂੰ ਵਧਾਇਆ ਵੀਡੀਓਜ਼ ਨੂੰ ਇਨਕਰੀਜ਼ ਕੀਤਾ ਕਿ ਨਹੀਂ ਮੈਂ ਅਗਰ ਮੈਨੂੰ ਲੋਕ ਪਿਆਰ ਦੇ ਰਹੇ ਹਾਂ ਤਾਂ ਮੈਂ ਵੀਡੀਓਜ਼ ਨੂੰ ਕੰਟੀਨਿਊ ਕਰਾਂ ਅਤੇ ਐਵੇਂ ਪਿਆਰ ਦਿੰਦੇ ਰਹੋ ਅਤੇ ਮੈਂ ਨੈਕਸਟ ਨਿਊ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਥੈਂਕ ਯੂ